ਅਸਲਾਮ ਅਲੈਕੁਮ ਸਾਰੇ ਵੇਖਣ ਵਾਲਿਆਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ਼੍ਰੀ ਅਕਾਲ, ਅਦਾਬ ਸਾਰਿਆਂ ਨੂੰ। ਸਾਡੇ ਪਿੰਡ ਦੇ ਨੌਜਵਾਨ ਮੁਨੀਬ ਇਕਬਾਲ ਅਤੇ ਅਹਿਸਨ ਜ਼ਮਾਨ, ਇਹਨਾਂ ਦੇ ਨਾਲ ਬਾਕੀ ਟੀਮ ਵੀ ਹੈ, ਲੇਕਿਨ ਇਸ ਟਾਈਮ ਇਹ ਦੋ ਮਿਲੇ ਨੇ ਮੈਨੂੰ, ਔਰ ਇੱਕ ਬਹੁਤ ਅੱਛਾ ਕੰਮ ਕਰ ਰਹੇ ਨੇ ਇੱਕ ਨੋਬਲ ਕਾਜ਼ ਵਾਸਤੇ। ਔਰ ਨੋਬਲ ਕਾਜ਼ ਇਹ ਹੈ ਕਿ ਇਹ ਆਪਣੇ ਜ਼ਮੀਨਾਂ ਦੇ ਵਿੱਚ, ਆਪਣੇ ਪਿੰਡ ਦੇ ਵਿੱਚ ਔਰ ਆਂਢ ਗੁਆਂਢ ਇਹਨਾਂ ਨੇ ਸੋਚਿਆ ਹੈ ਕਿ ਅਸੀਂ ਦਰਖਤ ਲਾਉਣਾ ਵੱਧਦੇ ਹੋਏ ਦਰਜਾ ਹਰਾਰਤ ਨੂੰ ਰੋਕਣ ਵਾਸਤੇ, ਔਰ ਬਾਰਿਸ਼ਾਂ ਜਿਹੜੀਆਂ ਇੱਥੋਂ ਰੁੱਸ ਗਈਆਂ ਉਹਨਾਂ ਨੂੰ ਦੁਬਾਰਾ ਲਿਆਉਣ ਵਾਸਤੇ। ਇੱਕੋ ਹੀ ਇਹਨਾਂ ਨੇ ਸੋਚਿਆ ਕਿ ਅਸੀਂ ਦਰਖਤ ਲਾਉਣੇ ਨੇ, ਦਰਖਤ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲੱਗਣਗੇ ਅਤੇ ਕੁਛ ਦਰਜਾ ਹਰਾਰਤ ਜਿਹੜਾ ਹੈ ਉਹ ਕੁਛ ਸਹੀ ਹੋਏਗਾ। ਦਰਜਾ ਹਰਾਰਤ ਸਹੀ ਹੋਏਗਾ ਅਤੇ ਬਾਰਿਸ਼ਾਂ ਆਉਣਗੀਆਂ, ਔਰ ਬਾਰਿਸ਼ਾਂ ਆਉਣਗੀਆਂ ਅਤੇ ਉਹਦੇ ਨਾਲ ਜਿਹੜਾ ਜ਼ੇਰੇ ਜ਼ਮੀਨ ਪਾਣੀ ਹੈ ਉਹਦਾ ਲੈਵਲ ਠੀਕ ਹੋਏਗਾ, ਜਿਹੜਾ ਬਹੁਤ ਜਲਦੀ ਨਾਲ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ ਉਹ ਖਤਰਨਾਕ ਹੱਦ ਤੱਕ ਉਹ ਥੱਲੇ ਗਿਰਦਾ ਜਾ ਰਹੀ ਹੈ। ਇਹਨਾਂ ਨੌਜਵਾਨਾਂ ਦੀ ਕੋਸ਼ਿਸ਼ਾਂ ਨੂੰ ਸਲਾਮ, ਇਹਨਾਂ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਜਿਹੜੇ ਵੀ ਦੇਖਣ ਵਾਲੇ ਨੇ, ਔਰ ਇਹਨਾਂ ਨੂੰ ਇੱਕ ਮਿਸਾਲ ਬਣਾ ਕੇ ਅੱਗੇ ਲੈ ਕੇ ਚੱਲਣਾ ਚਾਹੀਦਾ ਕਿ ਆਪਣੀ ਜ਼ਾਤ ਵਾਸਤੇ ਤਾਂ ਬੰਦਾ ਸਭ ਕੁਛ ਕਰਦਾ ਹੈ, ਲੇਕਿਨ ਸਭ ਵਾਸਤੇ ਇਹ ਕੰਮ ਹੋਣੇ ਇਹ ਬਹੁਤ ਜ਼ਰੂਰੀ ਹੈ। ਅਤੇ ਬੜਾ ਚੰਗਾ ਲੱਗ ਰਹੀ ਹੈ ਇਹਨਾਂ ਨੂੰ ਦੇਖਦੇ ਹਾਂ, ਔਰ ਬੜੀ ਹਿਫਾਜ਼ਤ ਦੇ ਨਾਲ ਜਿੱਥੇ ਇਹਨਾਂ ਨੂੰ ਕੋਈ ਦਰਖਤ ਮਿਲ ਰਹੀ ਹੈ ਇਸ ਟਾਈਮ, ਚੁੱਕ ਸਾਵਣ ਹੈ ਅਤੇ ਸਾਵਣ ਦੇ ਵਿੱਚ ਦਰਖਤ ਜਿਹੜੇ ਨੇ ਇਸ ਤਰ੍ਹਾਂ ਦੇ ਬੀਜ ਜਿਹੜੇ ਉਹ ਜਿੱਥੇ ਜਿੱਥੇ ਗਿਰਦੇ ਹਨ ਉੱਥੇ ਉਹਨਾਂ ਦੇ ਉੱਗਣ ਦੇ ਚਾਂਸ ਜ਼ਿਆਦਾ ਹੁੰਦੇ। ਅਤੇ ਮੁਨੀਬ ਸਾਹਿਬ ਇਸ ਟਾਈਮ ਲੱਗੇ ਹੋਏ ਜੀ, ਮੁਨੀਬ ਸਾਹਿਬ ਮੈਟ੍ਰਿਕ ਦੇ ਸਟੂਡੈਂਟ ਹੈ, ਪੇਪਰ ਦੇ ਕੇ ਅੱਜ ਕੱਲ੍ਹ ਫਾਰਗ ਹਨ, ਔਰ ਬੜੀ ਖੁਸ਼ੀ ਹੈ ਮੈਨੂੰ ਦੇਖ ਕੇ। ਮੁਨੀਬ ਸਾਹਿਬ ਕੀ ਟਾਰਗੇਟ ਹੈ ਕਿ ਕਿਤਨੇ ਕੁ ਜਿਹੜੇ ਦਰਖਤ ਹਨ ਉਹ ਤੁਸੀਂ ਪੌਦੇ ਲਾਉਣੇ ਨੇ ਇਸ ਦਾ? 500 ਦਾ ਟਾਰਗੇਟ ਹੈ ਸ਼ੁਰੂ ਦੇ ਵਿੱਚ, ਜ਼ਬਰਦਸਤ ਜੀ 500 ਟਾਰਗੇਟ ਤੋਂ ਮਾਸ਼ਾਅੱਲਾ, ਹਰ ਏਕੜ ਦੇ ਵਿੱਚ 25-30, ਬਹੁਤ ਖੂਬ ਬਹੁਤ ਖੂਬ। ਅਤੇ ਇਹਦੇ ਵਾਸਤੇ ਇਹ ਹੈ ਕਿਉਂਕਿ ਆਪਣੀ ਜ਼ਮੀਨ ਦੇ ਵਿੱਚ ਹੀ ਲਾਉਣੇ ਹਨ? ਠੀਕ ਹੈ, ਅਤੇ ਉਹਦੇ ਵਾਸਤੇ ਇਹ ਦਰਖਤਾਂ ਦੀ ਅਹਿਮੀਅਤ ਦੇ ਬਾਰੇ ਵੀ ਦੱਸਦੇ ਹੋ ਸਾਰੇ ਲੋਕਾਂ ਨੂੰ, ਉਸ ਤੋਂ ਬਾਅਦ ਫਿਰ ਉਹ ਮੰਨ ਜਾਂਦੇ ਹਨ? ਅੱਛਾ ਅੱਛਾ, ਜ਼ਬਰਦਸਤ। ਅਤੇ ਦੂਸਰੇ ਸਾਡੇ ਨਾਲ ਅਹਿਸਨ ਸਾਹਿਬ, ਅਹਿਸਨ ਸਾਹਿਬ ਇਹ ਬਹੁਤ ਅੱਛਾ ਕੰਮ ਹੈ ਤੁਸੀਂ ਜਿਹੜਾ ਕਰ ਰਹੇ ਹੋ, ਔਰ ਇਹ ਹੁੰਦਾ ਰਹਿਣਾ ਚਾਹੀਦਾ, ਇਹ ਵਿੱਚੇ ਨਹੀਂ ਛੱਡਣਾ। ਪਹਿਲੇ ਤਾਂ ਸਾਰਿਆਂ ਤੋਂ ਪਹਿਲੇ ਜਿਹੜੀਆਂ ਆਪਣੀਆਂ ਜ਼ਮੀਨਾਂ ਹਨ, ਬਲਕਿ ਆਪਣਾ ਟਾਰਗੇਟ ਕੋਈ ਥੋੜ੍ਹਾ ਜਿਹਾ ਵਧਾਓ। 500 ਦਰਖਤ ਹੈ ਅਤੇ 500 ਦਰਖਤ ਲਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਉਹਦੀ ਹਿਫਾਜ਼ਤ ਕਰੋਗੇ ਅਤੇ ਉਹਦੇ 'ਚ ਕੋਈ 250 ਅੱਗੇ ਨਿਕਲ ਆਏਗਾ। ਅਤੇ ਕਿਉਂ ਨਾ ਤੁਸੀਂ ਆਪਣੀ ਇੱਕ ਜਿਹੜੀ ਤੁਹਾਡੀ ਇੰਟਰਨਲ ਬਾਡੀ ਉਹਦੀ ਇੱਕ ਮੀਟਿੰਗ ਬੁਲਾਓ, ਔਰ ਉਹਦੇ ਵਿੱਚ ਇਸ ਸਾਵਣ ਦਾ ਆਪਣਾ ਟਾਰਗੇਟ ਜਿਹੜਾ ਹੈ ਉਹ ਤੁਸੀਂ 1000 ਰੱਖੋ। 1000 ਦਾ ਫਿਰ ਮਤਲਬ ਇਹ ਹੋਏਗਾ ਤੁਹਾਡਾ 500 ਪੌਦਾ ਉਹ ਅੱਗੇ ਆ ਜਾਏਗਾ, ਠੀਕ ਹੈ। ਅਤੇ ਅਹਿਸਨ ਸਾਹਿਬ ਇਹ ਦੱਸੋ ਵੀ ਕਿਹੜੇ ਕਿਹੜੇ ਪੌਦੇ ਲਾ ਰਹੇ ਹੋ ਤੁਸੀਂ? ਬਹੁਤ ਅੱਛਾ ਬਹੁਤ ਅੱਛਾ ਤੁਸੀਂ ਕਰ ਰਹੇ ਹੋ ਕਿ ਵੱਡੇ ਪੌਦੇ ਲਾ ਰਹੇ ਹੋ, ਔਰ ਇਹ ਵੱਡੇ ਪੌਦੇ ਹੀ ਲਾਉਣੇ ਚਾਹੀਦੇ ਹਨ। ਸਫੈਦਾ ਉੱਥੇ ਲਾਓ ਜਿੱਥੇ ਕੋਈ ਕਲਰਾਠੀ ਜ਼ਮੀਨ ਹੈ,
ਸਫੈਦੇ ਦਾ ਕੋਈ ਉਤਨਾ ਮਾਹੌਲਿਆਤ ਨੂੰ ਫਾਇਦਾ ਨਹੀਂ ਹੁੰਦਾ, ਬਲਕਿ ਉਲਟਾ ਨੁਕਸਾਨ ਪਹੁੰਚਾਉਂਦਾ। ਅਤੇ ਸਫੈਦਾ ਜਿੱਥੇ ਬਹੁਤ ਜ਼ਿਆਦਾ ਕਲਰਾਠੀ ਜ਼ਮੀਨ ਹੈ, ਉਹਨੂੰ ਤੁਸੀਂ ਉਹ ਜ਼ਮੀਨ ਨੂੰ ਠੀਕ ਕਰਨ ਦੇ ਪਰਪਸ ਵਾਸਤੇ ਤਾਂ ਲਾਓ, ਲੇਕਿਨ ਇਹ ਹੈ ਕਿ ਬਾਕੀ ਜਿਹੜਾ ਕਿੱਕਰ ਹੈ, ਟਾਹਲੀ ਹੈ, ਇਸ ਤਰ੍ਹਾਂ ਦੇ ਦਰਖਤ, ਸ਼ਹਿਤੂਤ ਹੈ, ਨਿੰਮ ਹੈ, ਇਹ ਬਹੁਤ ਪਿਆਰੇ ਦਰਖਤ ਹਨ। ਇਸ ਤਰ੍ਹਾਂ ਦੇ ਦਰਖਤ ਜਿਹੜੇ ਨੂੰ ਤੁਸੀਂ ਲਾਓ। ਅਤੇ ਤੁਹਾਡੇ ਇੱਕ ਵਾਰੀ ਹੋਰ ਜਜ਼ਬਿਆਂ ਨੂੰ ਸਲਾਮ। ਅਤੇ ਵੇਖਣ ਵਾਲਿਆਂ ਅੱਗੇ ਇਹੀ ਦਰਖਾਸਤ, ਬੇਨਤੀ ਇਹੀ ਹੈ ਕਿ ਇਹਨੂੰ ਇੱਕ ਮਿਸਾਲ ਬਣਾਇਆ ਜਾਵੇ, ਔਰ ਆਪਣੇ ਜਿਹੜੇ ਤੁਹਾਡੇ ਨਿੱਕੇ ਵੱਡੇ ਹਨ, ਉਹਨਾਂ ਸਾਰਿਆਂ ਨੂੰ ਇਸ ਕੰਮ 'ਤੇ ਲੱਗਣਾ ਚਾਹੀਦਾ। ਇਹ ਅਸੀਂ ਕਰ ਲਵਾਂਗੇ, ਇਸ ਟਾਈਮ ਵੀ ਸਾਡੇ ਹੱਥ ਦੇ ਵਿੱਚ ਹੈ ਤਾਂ ਬਹੁਤ ਬਿਹਤਰ ਹੋ ਜਾਏਗਾ। ਨਹੀਂ ਕਰਾਂਗੇ ਤਾਂ ਜੋ ਸਾਡਾ ਹਾਲ ਚੱਲ ਰਿਹਾ, ਦਰਜਾ ਹਰਾਰਤ ਦਿਨ ਬ ਦਿਨ ਵੱਧਦਾ ਜਾ ਰਿਹਾ, ਉਹ ਤਾਂ ਤੁਸੀਂ ਦੇਖ ਕੇ ਹੀ ਬੈਠੇ। ਇਹ ਮੁਸ਼ਕਲ ਕੋਈ ਨਹੀਂ, ਜਿਹੜਾ ਵੀ ਕੰਮ ਤੁਸੀਂ ਕਰਨ 'ਤੇ ਆਓ ਅਤੇ ਉਹ ਹੋ ਜਾਂਦਾ। ਥੋੜ੍ਹਾ ਜਿਹਾ ਇਹ ਕਿ ਆਪਣੇ ਆਪ ਨੂੰ ਹਿੰਮਤ ਤੁਹਾਨੂੰ ਦਿਲਵਾਉਣੀ ਪੈਂਦੀ। ਲਓ ਜੀ, ਇਹਦੇ ਨਾਲ ਹੀ ਇਜਾਜ਼ਤ ਦਿਓ, ਜਿਉਂਦੇ ਵਸਤੇ ਰਹੋ ਜੀ, ਖੁਦਾ ਹਾਫਿਜ਼।